ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੈ ਖੇਤ ਜੁਦ ਕੇ ਜਤਈਆ ਰੰਗ ਭੂਮ ਕੇ ਪਵਈਆ ਭਾਰ ਭੂਮ ਕੇ ਮਿਟਈਆ ਨਾਥ ਤੀਨੋ ਲੋਕ ਗਾਈਐ ਕਾਹੂ ਕੇ ਤਨਈਆ ਹੈ ਨ ਮਈਆ ਜਾ ਕੇ ਭਈਆ ਕਹੂ ਛੋਨੀ ਹੋ ਕੇ ਛਈਆ ਛੋੜ ਕਾ ਸਿਉ ਪ੍ਰੀਤ ਲਾਈਐ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੈ ਪਾਈਐ ਪੂਰਨ ਪਰਮਾਨੰਦ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੇ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਇ ਜੋ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤ ਗੁਰੂ ਮਾਲਕ ਸੱਚੇ ਪਿਤਾ ਸਰਬ ਧਰਮ ਰੱਖਿਅਕ ਉਪਦੇਸ਼ਕ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਅੱਜ 23 ਅੱਸੂ ਦਾ ਦਿਨ ਹੈ 9 ਅਕਤੂਬਰ 2019 ਅੱਜ ਸਾਡੇ ਮਹਾਨ ਯੋਧੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ ਉਹ ਇਹ ਗੁਰਮੁਖ ਪਿਆਰੇ ਉਹ ਸ਼ਹੀਦ ਸਿੰਘ ਹੋਏ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਦਸੀ ਹੋਈ ਉਹ ਜੁਝਾਰੂ ਸ਼ਕਤੀ ਜਿਵੇਂ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਦੁਸ਼ਟਾਂ ਨੂੰ ਮਾਰਨਾ ਪਾਪੀਆਂ ਨੂੰ ਖਤਮ ਕਰਨਾ ਉਹ ਰਿਵਾਇਤਾਂ ਨੂੰ ਪੂਰਾ ਕਰਦਿਆਂ ਹੋਇਆਂ ਇਹਨਾਂ ਗੁਰਮੁਖ ਪਿਆਰੇ ਸੱਜਣਾਂ ਨੇ ਅਰਜਨ ਦਾਸ ਲਲਿਤ ਮਾਨਕ ਇਹ ਦੁਸ਼ਟ ਲਲਿਤ ਮਾਕਨ ਅਤੇ ਸਾਰੇ ਦੁਸ਼ਟ ਜਿਹੜੇ ਸੋਧਣਾ ਕੀਤੇ ਜਿਹੜਾ ਜਰਨਲ ਵੈਦਿਆ ਇਹਨਾਂ ਦਾ ਸੋਧਾ ਲਾਇਆ ਅੱਜ ਇਹਨਾਂ ਦਾ ਸ਼ਹਾਦਤ ਦਾ ਦਿਨ ਹੈ 27ਵੀਂ ਅੱਜ ਇਹਨਾਂ ਦੀ ਬਰਸੀ ਹੈ ਅੱਜ ਦੇ ਦਿਨ 1992 ਦੇ ਵਿੱਚ ਫਾਂਸੀ ਦੀ ਸਜ਼ਾ ਪੁਣੇ ਦੇ ਵਿੱਚ ਦਿੱਤੀ ਗਈ ਸੀ ਅਤੇ ਅੱਜ 27 ਸਾਲ ਹੋ ਗਏ 27ਵੀਂ ਬਰਸੀ ਆ ਉਹਨਾਂ ਗੁਰਮੁਖ ਪਿਆਰਿਆਂ 27 ਸਾਲ ਆ ਸ਼ਹੀਦੀ ਨੂੰ ਹੋ ਗਏ ਨੇ ਗੁਰੂ ਕਿਰਪਾ ਕਰੇ ਉਹਨਾਂ ਦੇ ਜੀਵਨ ਬਾਬਤ ਸੰਖੇਪ ਆਪਾਂ ਵਿਚਾਰ ਕਰਕੇ ਲਾਹੇ ਪ੍ਰਾਪਤ ਕਰਦੇ ਹਨ ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜੇ ਕੱਦ ਕਾਠ ਦੇ ਵਿੱਚ ਵੀ ਬੜੀ ਗੁਰੂ ਸਾਹਿਬ ਦੀ ਕਿਰਪਾ ਸੀ ਜਿੱਥੇ ਕੱਦ ਇੰਨਾ ਲੰਮਾ ਉੱਚਾ ਸੀ ਉੱਥੇ ਜੀਵਨ ਵੀ ਬੜਾ ਉੱਚਾ ਸੁੱਚਾ ਸੀ ਇਹਨਾਂ ਦਾ ਮਧਰਾ ਕੱਦ ਆ ਉਹ ਭਾਈ ਸੁਖਦੇਵ ਸਿੰਘ ਜੀ ਸੁੱਖਾ ਇਹ ਦੋਨੇ ਜੋੜੀਆਂ ਗੁਰੂ ਸਾਹਿਬ ਨੇ ਜੋੜੀਆਂ ਬਣਾਈਆਂ ਚਾਹੇ ਉਹ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਸੀ ਕਦੀ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਬਣਦੇ ਆ ਕਦੀ ਭਾਈ ਤਾਰੂ ਸਿਤਾਰੂ ਸਿੰਘ ਜੀ ਉਹ ਯੋਧੇ ਅੱਗੇ ਵੱਧ ਵੱਧ ਕੇ ਆਉਂਦੇ ਆ ਕਦੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ ਜੀ ਬਣ ਕੇ ਅੱਗੇ ਆਉਂਦੇ ਆ ਉਹ ਸਤਿਗੁਰੂ ਪਾਤਸ਼ਾਹ ਨੇ ਕਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਬਣ ਕੇ ਆਉਂਦੇ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਇਸੇ ਤਰ੍ਹਾਂ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜੀ ਅਤੇ ਇਹ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਭਾਈ ਸੁਖਦੇਵ ਜੀ ਸੁੱਖਾ ਇਹਨਾਂ ਇਕੱਠੇ ਹੋ ਕਰਕੇ ਜ਼ਾਲਮ ਨੂੰ ਇਹ ਦੱਸਿਆ
ਕਿ ਗੁਰੂ ਦੇ ਜਿਹੜੇ ਯੋਧੇ ਆ ਉਹ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਅਤੇ ਮਹਾਰਾਜ ਦੀ ਕਿਰਪਾ ਜਿਹੜੇ ਭਾਈ ਹਰਜਿੰਦਰ ਸਿੰਘ ਜੀ ਗੁਰੂ ਸਾਹਿਬ ਦੇ ਪਰਮ ਸੇਵਕ ਗੁਰੂ ਸਾਹਿਬ ਦੇ ਸੇਵਾ ਲਈ ਜਾਣੋ ਕਿ ਆਪ ਹੀ ਚੁਣਿਆ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜਿਹੜੇ ਬੀ ਏ ਕਰ ਰਹੇ ਸੀ 16ਵੀਂ ਜਮਾਤ ਕਹਿ ਲਈ ਵਿਦਿਆਰਥੀ ਸਨ ਖਾਲਸਾ ਕੋਲ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਦਾ 1961 ਦੇ ਵਿੱਚ ਗੜਲੀ ਪਿੰਡ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਪਿਤਾ ਗੁਲਜਾਰ ਸਿੰਘ ਮਾਤਾ ਗੁਰਨਾਮ ਕੌਰ ਦੇ ਕੁੱਖੋਂ ਇਹਨਾਂ ਦਾ ਜਨਮ ਹੋਇਆ ਅਤੇ ਕਾਲਜ ਦੇ ਵਿੱਚ ਲੜਾਈ ਝਗੜੇ ਜਿਵੇਂ ਨੌਜਵਾਨਾਂ ਦੇ ਆਦਿ ਹੁੰਦੇ ਵਿਦਿਆਰਥੀਆਂ ਦੇ ਇਹ ਵੀ ਬਹੁਤ ਲੜਾਈ ਝਗੜੇ ਦੇ ਵਿੱਚ ਅੱਗੇ ਰਹਿੰਦੇ ਸੀ ਭਾਈ ਅਮਰੀਕ ਸਿੰਘ ਉਦੋਂ ਜਨਰਲ ਫੈਡਰੇਸ਼ਨ ਦੇ ਪ੍ਰਧਾਨ ਸੀ ਅਤੇ ਉਹ ਜਿਹੜੇ ਭਾਈ ਅਮਰੀਕ ਸਿੰਘ ਸੀ ਉਹਨਾਂ ਨੇ ਫਿਰ ਇਹ ਸੰਤਾਂ ਦੇ ਪਾਸ ਲੈ ਕਰਕੇ ਆਇਆ ਸੀ ਸੰਤਾਂ ਕੋਲ ਆਇਆ ਸੀ ਹਰਜਿੰਦਰ ਸਿੰਘ ਜਿੰਦਾ ਸੰਤਾਂ ਨੂੰ ਜਦੋਂ ਆ ਕਰਕੇ ਮਿਲੇ ਅਤੇ ਬਾਬਾ ਜਰਨੈਲ ਸਿੰਘ ਨੇ ਵਚਨ ਕਹੇ ਸੀ ਕਿੱਧਰਲੇ ਪਾਸੇ ਨੂੰ ਹੋਏ ਹੋ ਚੰਗਾ ਰਸਤਾ ਚੁਣੋ ਨਾਲ ਮੋਢੇ ਦੇ ਉੱਤੇ ਤੀਰ ਵੀ ਹੌਲੀ ਦੇਣੀ ਮਾਰਿਆ ਨਾਲੇ ਵਚਨ ਕੀਤਾ ਬਾਬਾ ਜਰਨੈਲ ਸਿੰਘ ਜੀ ਹੁਣਾਂ ਨਾਲ ਇਸ ਪ੍ਰਕਾਰ ਸਤਿਗੁਰੂ ਦੀ ਬਖਸ਼ਿਸ਼ ਹੋਈ ਉਸ ਦਿਨ ਤੋਂ ਆਪਣਾ ਰਸਤਾ ਜਿਹੜਾ ਮਾਰਗ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਬਦਲ ਲਿਆ ਗੁਰੂ ਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਭਾਈ ਸੁਖਦੇਵ ਸਿੰਘ ਸੁਖਾ ਵੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਸਦਕਾ ਬਾਬਾ ਜਰਨੈਲ ਸਿੰਘ ਨੂੰ ਮਿਲੇ ਜਿਨ੍ਹਾਂ ਦਾ ਗੰਗਾਨਗਰ ਇੱਕ ਇਲਾਕਾ ਰਾਜਸਥਾਨ ਅਤੇ ਅੱਜ ਵੀ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਈਆਂ ਅਤੇ ਇਹ ਵੀ ਐੱਮ ਏ ਕਰ ਰਹੇ ਸੀ ਇੰਗਲਿਸ਼ ਦੇ ਵਿੱਚ ਅਤੇ ਬਹੁਤ ਅਸਲ ਦੇ ਵਿੱਚ ਪੜ੍ਹਾਈ ਦੇ ਵਿੱਚ ਵੀ ਰੱਬ ਦੀ ਕਿਰਪਾ ਸੀ ਇਹਨਾਂ ਦਾ ਪਿਤਾ ਮਹਿੰਗਾ ਸਿੰਘ ਜੀ ਅਤੇ ਗੁਰੂ ਸਾਹਿਬ ਦੀ ਕਿਰਪਾ ਰਹਿਮਤ ਹੋਈ ਬਖਸ਼ਿਸ਼ ਹੋਈ ਅਤੇ ਉਹ ਮਾਰਗ ਨੂੰ ਚੁਣ ਲਿਆ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤਾ ਸੀ ਮਾਤਾ ਸੁਰਜੀਤ ਕੌਰ ਦੀ ਕੁੱਖ 'ਚ ਇਹਨਾਂ ਦਾ ਜਨਮ ਹੋਇਆ ਅਤੇ 1962 ਦੇ ਵਿੱਚ ਇਹ ਸੂਰਮਾ ਜੰਮਿਆ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ 'ਤੇ ਕਿਰਪਾ ਕਰਨੀ ਆ ਸੇਵਾ ਜਿਨ੍ਹਾਂ ਕੋਲ ਲੈਣੀ ਆਪ ਲੈ ਲੈਣੀ ਕਿਸੇ ਨਾ ਕਿਸੇ ਢੰਗ ਦੇ ਨਾਲ ਅਤੇ ਇਹਨਾਂ ਗੁਰਮੁਖ ਪਿਆਰੇ ਯੋਧਿਆਂ ਨੇ ਅਰਜਨ ਦਾਸ ਲਲਿਤ ਮਾਕਨ ਦੁਸ਼ਟ ਇਹ ਸੋਧੇ ਜਰਨਲ ਵੈਦਿਆ ਉਹਦਾ ਸੋਧਾ ਲਾਇਆ ਪੂਨੇ ਦੇ ਵਿੱਚ ਜਾ ਕਰਕੇ ਜਿਹੜਾ ਗੁਰੂ ਦਾ ਸੇਵਕ ਹੈ ਦੇਖੋ ਇਹਨਾਂ ਯੋਧਿਆਂ ਦੇ ਪਾਸ ਆਪਣੀ ਬਹੁਤ ਸੋਹਣੀ ਜ਼ਿੰਦਗੀ ਜੀਣ ਲਈ ਸਮਾਂ ਸੀ ਮੌਕਾ ਸੀ ਪਰ ਜਦੋਂ ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋ ਜਾਵੇ ਫਿਰ ਜ਼ਿੰਦਗੀ ਨਾਲ ਜਿਹੜਾ ਪ੍ਰੇਮ ਆ ਉਹ ਖਤਮ ਹੋ ਜਾਂਦਾ ਰੱਬ ਦੇ ਨਾਲ ਹੀ ਪ੍ਰੇਮ ਹੋ ਜਾਂਦਾ ਉਹਨਾਂ ਗੁਰਮੁਖਾਂ ਦਾ ਅਤੇ ਜਦੋਂ ਇਹ ਸੱਜਣ ਗੁਰਮੁਖ ਕਈ ਵਾਰੀ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਲਾਭ ਸਿੰਘ ਵਰਗੇ ਯੋਧਿਆਂ ਦੇ ਨਾਲ ਮਿਲ ਕਰਕੇ ਕਈ ਕੰਮ ਇਹਨਾਂ ਯੋਧਿਆਂ ਨੇ ਕੀਤੇ ਦੋਨੇ ਯੋਧੇ ਇਕੱਠੇ ਹੋ ਕਰਕੇ ਕਈ ਉਹ ਅਸਲ ਦੇ ਵਿੱਚ ਇਹ ਜਿਹੜੇ ਦੁਰਗ ਭਲੇਰੀ ਭਾਵ ਚੰਗੇ ਕਾਰਜ ਹੀ ਹਮੇਸ਼ਾ ਕਰਦੇ ਰਹੇ ਜਦੋਂ ਇਹਨਾਂ ਨੂੰ ਫੜਿਆ ਵੀ ਗਿਆ ਉਦੋਂ 7000 ਪੁਲਿਸ ਹਮੇਸ਼ਾ ਇਹਨਾਂ ਦੇ ਕੋਲ ਰੱਖੇ ਜਾਂਦੇ ਸੀ ਇਹਨਾਂ ਦੇ ਪਾਸ ਰੱਖੇ ਜਾਂਦੇ ਇਹਨਾਂ ਦਾ ਅਸਲ ਦੇ ਵਿੱਚ ਇਹਨਾਂ ਦਾ ਮੁਕਾਮ ਇੱਕੋ ਹੀ ਸੀ ਖਾਲਿਸਤਾਨ ਸ਼ਹੀਦੀ ਦਾ ਮਾਰਗ ਕੋਈ ਵੱਡੀ ਗੱਲ ਨਹੀਂ ਇਹਨਾਂ ਵਾਸਤੇ ਉਹ ਯੋਧਿਆਂ ਦੇ ਵਾਸਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਫੋਟੋ ਨੈੱਟ ਦੇ ਉੱਤੇ ਪਈ ਹੁੰਦੀ ਖੂਨ ਦੇ ਨਾਲ ਲੱਥਪੱਥ ਹੋਇਆ ਹੋਇਆ ਨੌਜਵਾਨ ਉਹ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਸੋ ਜਿੰਦਾ ਹੈ ਲੱਗਦਾ ਫੋਟੋ ਸ਼ਹੀਦ ਹੀ ਆ ਅਤੇ ਉਹ ਸਿੰਘਾਂ ਨੂੰ ਕਿਤੇ ਮਿਲਿਆ ਸਿੰਘਾਂ ਨੇ ਪੁੱਛਿਆ ਕਿ ਤੁਹਾਡੀ ਫੋਟੋ ਅਸੀਂ ਦੇਖੀ ਉਹ ਤੁਸੀਂ ਆ ਕਹਿੰਦੇ ਹਾਂ ਹੈ ਤਾਂ ਮੈਂ ਹੀ ਕਿ ਤੁਸੀਂ ਸ਼ਹੀਦ ਨਹੀਂ ਹੋਏ ਸੀ ਉਦੋਂ ਅਤੇ ਅੱਖਾਂ ਜੀਆਂ ਭਰ ਗਈਆਂ ਅੱਖਾਂ ਭਰ ਕਹਿਣ ਲੱਗਾ ਸ਼ਹੀਦੀ ਕਿਤੇ ਐਵੇਂ ਮਿਲ ਜਾਂਦੀ ਹੈ ਇਹ ਬਖਸ਼ਿਸ਼ ਦੇ ਨਾਲ ਹੀ ਹੁੰਦੀ ਹੈ ਸਭ ਤੋਂ ਪਹਿਲਾਂ ਅਸਲ ਦੇ ਵਿੱਚ ਸ਼ਹੀਦ ਭਾਈ ਤਾਰੂ ਪੋਪਟ ਲਾਹੌਰ ਦੇ ਵਿੱਚ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਉਹ ਆਪਣੇ ਕੋਲ ਸਮਾਂ ਨਹੀਂ ਆਪਾਂ ਇੰਨਾ ਲੰਮਾ ਵਿਸਥਾਰ ਕਰ ਸਕੀਏ ਸ਼ਹੀਦਾਂ ਦੇ ਸਰਤਾਜ ਗੁਰੂਆਂ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਉਹ ਰਲ ਕਰਕੇ ਮੁਗਲਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ ਭੱਟ ਮਥੁਰਾ ਜੀ ਭੱਟ ਕੀਰਤ ਜੀ ਉਹ ਵੀ ਸ਼ਹੀਦਾਂ ਦੇ ਵਿੱਚੋਂ ਹੋਏ ਜਿਨ੍ਹਾਂ ਦੀ ਗੁਰਬਾਣੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਹੀਦੀ ਮਾਰਗ ਸਤਿਗੁਰਾਂ ਨੇ ਸਾਨੂੰ ਦਰਸਾਇਆ ਜਿਹੜੇ ਗੁਰੂ ਦੇ ਪਿਆਰੇ ਗੁਰੂ ਨੂੰ ਆਪ ਹਾਜ਼ਰ ਨਾਜ਼ਰ ਜਾਣ ਲੈਂਦੇ ਉਹਨਾਂ ਵਾਸਤੇ ਅਸਲ ਦੇ ਵਿੱਚ ਸ਼ਹੀਦੀ ਉਹ ਜਿੰਦਾ ਹੀ ਸ਼ਹੀਦ ਹੋ ਜਾਂਦੇ ਹੋ ਇਹਨਾਂ ਨੇ ਗੁਰੂ ਨੂੰ ਆਪਣਾ ਸਭ ਕੁਛ ਮੰਨ ਲਿਆ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸਭ ਕੁਛ ਮੰਨ ਲਿਆ
ਇਹ ਦੋਨਾਂ ਦਾ ਮਿਲਾਪ ਜਿਹੜਾ ਭਾਈ ਬਲਜਿੰਦਰ ਸਿੰਘ ਰਾਜੂ ਰਾਹੀਂ ਮਿਲਾਪ ਹੋਇਆ, ਜਿਹੜਾ ਭਾਈ ਹਰਜਿੰਦਰ ਸਿੰਘ ਦੀ ਭੂਆ ਦਾ ਪੁੱਤਰ ਸੀ ਉਹਨਾਂ ਰਾਹੀਂ ਮਿਲਾਪ ਹੋਇਆ ਸੀ ਦੋਨਾਂ ਦਾ। ਦੋਨੇ ਗੁਰਮੁਖ ਪਿਆਰੇ ਯੋਧੇ ਜਿਹੜੇ ਇਕੱਠੇ ਹੋਏ ਸੀ, ਇਹਨਾਂ ਯੋਧਿਆਂ ਨੇ ਇਕੱਤਰ ਹੋ ਕਰਕੇ ਸਿੱਖ ਪੰਥ ਨੂੰ ਆਪਣਾ ਆਪ ਹੀ ਅਰਪਣ ਕਰ ਦਿੱਤਾ ਕਿ ਮਨ ਤਨ ਤੇਰਾ, ਧਨ ਭੀ ਤੇਰਾ, ਸਭ ਤੇਰਾ, ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਭਾਈ। ਜਦੋਂ ਅਸੀਂ ਵਿਚਾਰ ਕਰੀਏ ਕਿ ਅਸੀਂ ਗੁਰੂ ਦੇ ਵਾਸਤੇ ਸਾਡਾ ਜੀਵਨ ਜਿਹੜਾ ਗੁਰੂ ਨੇ ਦਿੱਤਾ ਗੁਰੂ ਲਈ ਬਤੀਤ ਕਰ ਦੇਣਾ, ਉਦੋਂ ਇੱਕ ਕੌਮ ਦੇ ਹੀਰੇ ਦੇ ਵਿੱਚ ਇੱਕ ਬੜਾ ਸੁੰਦਰ ਕਵਿਤਾ ਰੂਪ ਦੇ ਵਿੱਚ ਗੀਤ ਉਹਨਾਂ ਨੇ ਪਾਇਆ, ਕਹਿੰਦਾ ਜ਼ੁਲਮ ਲੰਘਿਆ ਜਦੋਂ ਵੰਗਾਰ ਕੇ, ਤੁਰ ਪਏ ਜ਼ਿੰਦਗੀ ਨੂੰ ਠੋਕਰਾਂ ਮਾਰ ਕੇ, ਪੈਂਡੇ ਔਖੇ ਬੜੇ ਸਫ਼ਰ ਮੁੱਕਦਾ ਨਹੀਂ, ਪਰ ਉਹ ਕਾਫਲਾ ਜਿਹੜਾ ਰੁਕਦਾ ਨਹੀਂ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਆ ਉਹਨਾਂ ਉੱਤੇ। ਉਹ ਫਿਰ ਉਹ ਮਾਰਗ ਦੇ ਉੱਤੇ ਚੱਲ ਪੈਂਦੇ ਆ ਕਿ ਜਿਹੜੇ ਮਾਰਗ ਦੇ ਉੱਤੇ ਸੰਸਾਰ ਜਿਹੜਾ ਗੁਰੂ ਨੇ ਇਹ ਬਚਨ ਕਹੇ, ਪੰਥ ਵਸੈ ਮੈਂ ਉਜੜਾ ਮਨ ਚਾਓ ਹਨੇਰਾ, ਉਹ ਗੁਰੂ ਦੇ ਪਿਆਰੇ ਗੁਰੂ ਵਾਲੀ ਮਤ ਨੂੰ ਧਾਰਨ ਕਰਦੇ ਨੇ। ਫਿਰ ਮਹਾਰਾਜ ਦੀ ਕਿਰਪਾ ਉਹਨਾਂ ਦੇ ਪਾਸ ਵੱਡੀ ਇਹ ਸਮਰੱਥਾ ਹੁੰਦੀ ਆ ਗੁਰੂ ਸਾਹਿਬ, ਕਿਉਂਕਿ ਇਹ ਜਿਹੜੇ ਸੇਵਕ ਨੇ ਜਿਹੜੇ ਗੁਰੂ ਦੇ ਪਿਆਰੇ ਨੇ, ਅਸਲ ਦੇ ਵਿੱਚ ਇਹ ਗੁਰੂ ਨੇ ਧੁਰੋਂ ਹੀ ਜਿਹਨਾਂ ਉੱਤੇ ਬਖਸ਼ਿਸ਼ਾਂ ਕੀਤੀਆਂ ਹੋਈਆਂ ਉਹ ਇਹ ਮਾਰਗ ਦੇ ਉੱਤੇ ਚੱਲਦੇ ਆ, ਨਹੀਂ ਤਾਂ ਆਮ ਕਿਣਾ ਕਣਾ ਇਹ ਮਾਰਗ ਨੂੰ ਨਹੀਂ ਅਪਣਾ ਸਕਦਾ। ਇਹ ਅਸਲ ਜਦੋਂ ਸੁਖਦੇਵ ਸਿੰਘ ਸੁੱਖਾ ਬਾਬਾ ਜਰਨੈਲ ਸਿੰਘ ਮਿਲਣ ਤੋਂ ਬਾਅਦ ਆਪਣੀ ਮਾਤਾ ਨੂੰ ਮਿਲਿਆ ਜਾ ਕੇ, ਅਤੇ ਮਾਤਾ ਨੂੰ ਬਚਨ ਕਿਹਾ ਸੀ, ਮਾਤਾ ਜੀ ਬਾਬਾ ਜਰਨੈਲ ਸਿੰਘ ਹੁਣੀ ਟਕਸਾਲ ਦੇ ਮੁਖੀ ਮੈਨੂੰ ਨੌਕਰੀ ਦੇ ਰਹੇ ਆ। ਅਤੇ ਮਾਤਾ ਨੇ ਕਿਹਾ ਜੀ ਜੇ ਨੌਕਰੀ ਮਿਲ ਰਹੀ ਤਾਂ ਫਿਰ ਕਰ ਲੈ, ਜਾਂ ਸਮਝ ਹੀ ਨਹੀਂ ਮੈਨੂੰ ਉਹ ਨੌਕਰੀ ਦੇ ਰਹੇ ਆ ਜਿਸ ਨੌਕਰੀ ਦੇ ਵਿੱਚ ਤਨਖਾਹ ਦਾ ਕੋਈ ਅੰਤ ਨਹੀਂ, ਜਿੱਥੇ ਆਨੰਦ ਹੀ ਖੇਡ ਆਈ, ਜਿੱਥੇ ਜੀਵਨ ਸਫਲਾ ਹੋ ਜਾਂਦਾ ਜਿਹੜੀ ਨੌਕਰੀ ਕਰਕੇ, ਉਹ ਨੌਕਰੀ ਮਿਲ ਰਹੀ। ਇਹ ਬਾਬਾ ਭਾਈ ਸੁਖਦੇਵ ਸਿੰਘ ਜੀ ਦਾ ਕਹਿਣਾ। ਦੇਖੋ ਇਹ ਜਿਹੜੇ ਗੁਰੂ ਦੇ ਪਿਆਰੇ ਸੇਵਕ ਜਾਂਦੇ ਉਹ ਹਮੇਸ਼ਾ ਆਨੰਦ ਦੇ ਵਿੱਚ ਆਪਣਾ ਜੀਵਨ ਜਿਹੜਾ ਬਤੀਤ ਕਰਦੇ। ਜਦੋਂ ਬਾਬਾ ਸ਼ਾਮ ਸਿੰਘ ਅਟਾਰੀ ਵਾਲੇ ਘਰੋਂ ਜਾਣ ਲੱਗੇ ਨਾ, ਕਿਰਪਾਨ ਕੱਢ ਕੇ ਮਿਆਨ ਦੇ ਵਿੱਚੋਂ ਆਪਣੀ ਘਰਵਾਲੀ ਨੂੰ ਮਾਈ ਦੇਸਾਂ ਨੂੰ ਕਿਹਾ ਸੀ, ਆਪਣੀ ਘਰਵਾਲੀ ਨੂੰ, ਜਾਂ ਮਿਆਨ ਜਿਹੜਾ ਸਾਹਮਣੇ ਕਿ ਜਦੋਂ ਕੋਈ ਪੁੱਛੇਗਾ ਸ਼ਾਮ ਸਿੰਘ ਕਿੱਧਰ ਗਿਆ, ਉਦੋਂ ਦੱਸ ਦਈ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਸਤੇ ਚਲਿਆ ਗਿਆ। ਦੇਸਾ ਜੀ ਨੇ ਪੁੱਛਿਆ ਸੀ, ਸਵਾਮੀ ਆਪਾਂ ਮਿਲਾਂਗੇ ਹੁਣ ਕਦੋਂ? ਸਿੰਘ ਸਾਹਿਬ ਆਪਣਾ ਮਿਲਾਪ ਨੂੰ ਦੁਆਰਾ, ਉਹ ਕਹਿੰਦੇ ਜੇ ਤਾਂ ਸ਼ਹਾਦਤ ਦਾ ਜਾਮ ਪੀ ਲਿਆ ਫਿਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਮਿਲਾਂਗੇ, ਜੇ ਜਿੱਤ ਕੇ ਵਾਪਸੀ ਆ ਗਿਆ ਫਿਰ ਇੱਥੇ ਮਿਲਾਂਗੇ। ਉਹ ਕਿਉਂਕਿ ਉਹਨਾਂ 'ਚ ਜਜ਼ਬਾ ਹੁੰਦਾ ਸ਼ਹਾਦਤਾਂ ਦਾ, ਸ਼ਹੀਦੀਆਂ ਦਾ, ਜਿਹੜਾ ਭਾਈ ਸੁਖਦੇਵ ਸਿੰਘ ਸੁੱਖਾ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵਿੱਚ ਵੀ ਸੀ। ਅੱਜ ਗਦਲੀ ਪਿੰਡ ਉਹਨਾਂ ਦੇ ਨਗਰ ਦੇ ਵਿੱਚ ਸਮਾਗਮ ਸਾਜ ਰਹੇ ਨੇ, ਵੀ ਅੱਜ ਪਤਾ ਲੱਗਾ ਕਿ ਉਹਨਾਂ ਦੀ ਭਰਜਾਈ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਜਿਹੜੀ ਭਰਜਾਈ ਉਹ ਸਰੀਰ ਛੱਡ ਕੇ, ਵੱਡੀ ਭਰਜਾਈ ਬੀਬੀ ਨਿਰਮਲ ਬੀਬੀ, ਉਹ ਵੀ ਸਰੀਰ ਜਿਹੜਾ ਆਪਣਾ ਸਰੀਰਕ ਜਿਹੜਾ ਜਾਮਾ ਤਿਆਗ ਗਈ ਨਿਰਮਲਜੀਤ ਕੌਰ। ਇਸ ਪ੍ਰਕਾਰ ਉਹ ਫਿਰ ਵੀ ਚਲੋ ਸਮਾਗਮ ਉੱਥੇ ਚੱਲ ਰਹੇ ਆ, ਜਾਣੋ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਅੱਜ ਦੇ ਦਿਨ ਹੀ ਉਹਨਾਂ ਦੀ ਸ਼ਹਾਦਤ ਹੁੰਦੀ, ਅੱਜ ਦੇ ਦਿਨ ਹੀ ਉਹਦੀ ਭਰਜਾਈ ਵੀ ਉਹਨਾਂ ਦੀ ਸਰੀਰ ਛੱਡ ਗਈ। ਅਤੇ ਬੈਂਕ ਜਿਹੜੀ ਲੁਧਿਆਣੇ ਦੇ ਵਿੱਚ ਇਹਨਾਂ ਯੋਧਿਆਂ ਨੇ ਜਿਹੜਾ ਸਭ ਤੋਂ ਵੱਡੀ ਜਿਹੜੀ ਬੈਂਕ ਡਕੈਤੀ ਕੀਤੀ ਸੀ ਉਹ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁੱਖਾ ਨੇ ਕੀਤੀ ਸੀ। ਉਹ ਕੋਈ ਆਪਣੇ ਘਰ ਦੇ ਕਾਰਜ ਕਰਨ ਵਾਸਤੇ ਨਹੀਂ, ਦੋਨੀ ਪੜ੍ਹੇ ਲਿਖੇ ਨੌਜਵਾਨ ਸੀ, ਕੋਈ ਵੀ ਕਾਰਜ ਕਰਕੇ ਬਾਹਰਲੇ ਮੁਲਕਾਂ 'ਚ ਕਿਤੇ ਵੀ ਸੈੱਟ ਹੋ ਸਕਦੇ ਸੀ। ਉਹ ਪੰਥ ਦੇ ਵਾਸਤੇ, ਗੁਰੂ ਦੇ ਵਾਸਤੇ, ਸਾਡੇ ਵਾਸਤੇ ਇਹ ਸ਼ਹੀਦੀਆਂ ਕਿਹਦੇ ਵਾਸਤੇ? ਸਾਡੇ ਵਾਸਤੇ ਸ਼ਹੀਦੀਆਂ ਉਹਨਾਂ ਨੇ ਦਿੱਤੀਆਂ, ਸਾਡੇ ਵਾਸਤੇ ਸ਼ਹੀਦੀਆਂ ਦਾ ਜਾਮ ਪੀ ਗਏ। ਅਨੇਕਾਂ ਕਾਰਜ, ਕਈ ਉਹਨਾਂ ਨੇ ਘਰਾਂ ਦੇ ਮਸਲੇ ਜਿਹੜੇ ਹੱਲ ਕਰਵਾਏ, ਕਈ ਘਰਾਂ ਦੇ ਵਿੱਚ ਜਿਨ੍ਹਾਂ ਦੇ ਅੰਦਰ ਕਲੇਸ਼ ਸੀ ਉੱਥੇ ਮਸਲੇ ਹੱਲ ਕਰਵਾਏ, ਕਈ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਵੱਡੇ ਬਦਮਾਸ਼ ਕਹਿੰਦੇ ਸੀ ਉਹਨਾਂ ਦੇ ਕਈਆਂ ਦੇ ਸੋਧੇ ਲਾਏ, ਅਤੇ ਕਈਆਂ ਨੂੰ ਸੋਧਿਆ ਵੀ, ਕਈਆਂ ਨੂੰ ਇਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਦੀ ਕਿਰਪਾ ਦੇ ਨਾਲ ਸੁਧਾਰਿਆ ਵੀ। ਹੁਣ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸੀ, ਕਿਉਂਕਿ ਸਾਡੇ ਮੂਹਰੇ ਬਸ ਜਰਨਲ ਵੈਦਿਆਂ ਵਾਲਾ ਉਹਨਾਂ ਦਾ ਸੀਨ ਜਿਹੜਾ ਸਾਹਮਣੇ ਆ ਜਾਂਦਾ, ਪਰ ਅਸਲ ਦੇ ਵਿੱਚ ਜੇ ਵਿਚਾਰਿਆ ਜਾਵੇ ਉਹਨਾਂ ਯੋਧਿਆਂ ਨੇ ਬੜੇ ਇਹੋ ਜਿਹੇ ਕਾਰਜ ਕੀਤੇ ਆ ਜਿਹੜੇ ਲਿਖਤ 'ਚ ਵੀ ਨਹੀਂ ਆਏ ਕਾਰਜ ਉਹਨਾਂ ਨੇ, ਕਿਉਂਕਿ ਜਿਹੜਾ ਇੱਕ ਇਨਸਾਨ ਆ ਉਹਦਾ ਕਾਰਜ ਹੀ ਉਹਨਾਂ ਨੇ ਇਹ ਬਣਾ ਲਿਆ ਆਪਣਾ ਪਾਸੇ। ਭਾਈ ਹਰਜਿੰਦਰ ਸਿੰਘ ਜਿੰਦਾ ਉਹ ਇੰਨੇ ਫੁਰਤੀਲੇ ਸੀ ਦਿਮਾਗ ਦੇ ਇੰਨੇ ਕੀਤੇ ਸੀ, ਕਈ ਵਾਰੀ ਕਹਿੰਦੇ ਹੋ ਯੋਧੇ ਫੜੇ ਵੀ ਗਏ, ਕਈ ਵਾਰੀ ਪੁਲਿਸ ਨੂੰ ਭੁਲੇਖਾ ਪਾ ਕੇ ਨਿਕਲ ਵੀ ਜਾਂਦੇ ਹੁੰਦੇ,
ਮਹਾਰਾਜ ਦੀ ਕਿਰਪਾ, ਕਿਉਂਕਿ ਬਾਣੀ ਦੇ ਵਿੱਚ ਹਮੇਸ਼ਾ ਭੇਜ ਦੇਣਾ। ਇਹ ਇਹਨਾਂ ਕੋਲ ਉਹ ਵਸਤੂ ਸੀ ਜਿਹੜੀ ਗੁਰੂ ਨੇ ਕਿਹਾ, ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਣੋ, ਇਹਨਾਂ ਦੇ ਪਾਸ ਉਹ ਸੀ, ਗੁਰੂ ਸਾਹਿਬ ਦੀ ਰਹਿਮਤ ਸੀ। ਕਿਉਂਕਿ ਜਦੋਂ ਅਸੀਂ ਇਹ ਜਾਣੀਏ ਕਿ ਅਸੀਂ ਗੁਰੂ ਨੂੰ ਆਪਣਾ ਜੀਵਨ ਸਭ ਕੁਛ ਅਰਪਣ ਕਰ ਦਿੱਤਾ, ਫਿਰ ਗੁਰੂ ਰਹਿਮਤਾਂ ਵਰਸਾਉਂਦਾ, ਆਪਣੇ ਨਾਲ ਮੇਲ ਲੈਂਦਾ ਹੈ। ਗੁਰੂ ਅੱਗੇ ਬੇਨਤੀ ਕਰੀਏ ਕਿ ਮਹਾਰਾਜ ਮੇਲ ਲੈ ਹੋ ਦਿਆਲ ਟਹਿ ਪਏ ਦੁਆਰੇ। ਇਹ ਜਦੋਂ ਗੁਰੂ ਨੂੰ ਕਹਿ ਦੇਈਏ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਜੋ ਹੈ ਹੀ ਮਹਾਰਾਜ ਹੈ ਹੀ ਇਹ ਤੇਰਾ, ਸਾਡਾ ਤਾਂ ਅਸਲ ਦੇ ਵਿੱਚ ਕੁਛ ਹੈ ਹੀ ਨਹੀਂ। ਜਦੋਂ ਗੁਰੂ ਦੇ ਅੱਗੇ ਬੇਨਤੀ ਕਰੀਏ ਫਿਰ ਮਹਾਰਾਜ ਕਹਿੰਦੇ ਜੇ ਤੂੰ ਮੇਰਾ ਹੈ ਅਤੇ ਮੈਂ ਤੇਰਾ ਹੈ, ਅਤੇ ਜੋਗਿਆ ਤੂੰ ਗੁਰੂ ਜੋਗਾ ਅਤੇ ਗੁਰੂ ਤੇਰੇ ਜੋਗਾ। ਇਹ ਗੁਰੂ ਨੂੰ ਕਹੀਏ, ਬੇਨਤੀ ਕਰੀਏ, ਮਹਾਰਾਜ ਤੁਧ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ, ਮੈਂ ਤੁਝ ਬਿਨ ਨਾ ਹੀ ਕੋਏ, ਬਿਨਾਂ ਮੂੰਹੇ ਸਾਰਿਆ, ਦੋ ਆਪਣਾ ਆਪ ਅਰਪਣ ਕਰਨਾ। ਸੰਸਾਰ ਦੇ ਉੱਤੇ ਹਰ ਇਨਸਾਨ ਆਪਣੇ ਵਾਸਤੇ ਜਿਉਂਦਾ, ਆਪਣੇ ਵਾਸਤੇ ਹਰ ਬੰਦਾ ਜਿਉਂਦਾ, ਪਰ ਦੂਜਿਆਂ ਵਾਸਤੇ ਮਰ ਜਾਣਾ, ਦੂਜਿਆਂ ਵਾਸਤੇ ਜੀਣਾ ਇਹ ਵੀ ਵੱਡੀ ਗੱਲ ਆ, ਅਤੇ ਦੂਜਿਆਂ ਵਾਸਤੇ ਮਰ ਜਾਣਾ ਇਹਦੇ ਨਾਲ ਦੀ ਰੀਸ ਹੀ ਕੋਈ ਨਹੀਂ। ਜਿਹਨੂੰ ਭਗਤ ਸਾਹਿਬਾਨਾ ਲਿਖਿਆ ਕਿ ਐਸੀ ਮਰਨੀ ਜੋ ਮਰੇ, ਜਿਹੜਾ ਕਿਸੇ ਹੋਰ ਵਾਸਤੇ, ਜਿਹਨੂੰ ਭਗਤ ਕਬੀਰ ਨੇ ਇਸ ਪ੍ਰਕਾਰ ਲਿਖਿਆ ਹੈ ਕਿ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛੱਡੈ ਕੇ। ਜਿਹੜੇ ਦੀਨ ਗਰੀਬ ਦੀ ਰੱਖਿਆ ਵਾਸਤੇ ਲੜਨ ਅਤੇ ਸੂਰਮੇ ਉਹ ਨੇ ਅਸਲ ਦੇਵੇ, ਦੀਨ ਗਰੀਬ ਦੇ ਵਾਸਤੇ, ਮਜ਼ਲੂਮ ਦੇ ਵਾਸਤੇ ਜਿਹੜਾ ਲੜਨ, ਜਿਨ੍ਹਾਂ ਦੇ ਹੱਥ ਹਮੇਸ਼ਾ ਮਜ਼ਲੂਮ ਦੀ ਰੱਖਿਆ ਕਰਨ ਵਾਸਤੇ ਉੱਠਣ। ਇਹ ਜਿਹੜੇ ਗੁਰੂ ਦੇ ਸੇਵਕ ਜਨ, ਉਹ ਇਹ ਜਾਣਦੇ ਆ ਕਿ ਸਾਡਾ ਜਨਮ ਹੀ ਇਸ ਕਰਕੇ ਹੋਇਆ ਕਿ ਅਸੀਂ ਸੰਸਾਰ ਦੇ ਉੱਤੇ ਆ ਕੇ ਗੁਰੂ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਤਤ ਰਹਿਣਾ, ਸਾਨੂੰ ਮਿਲਿਆ ਹੀ ਜਨਮ ਇਸ ਕਰਕੇ ਹੈ, ਜਨਮ ਇਹ ਆਏ ਅਸੀਂ ਇਸ ਕਰਕੇ ਕਿ ਸੰਸਾਰ ਦੇ ਉੱਤੇ ਕਿ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਕੇ ਪਰਮੇਸ਼ਵਰ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣਾ ਕਰੀਏ। ਸੰਨ 1985 ਦੇ ਵਿੱਚ ਜਦੋਂ ਵੈਦਿਆ ਦੋਨਾਂ ਯੋਧਿਆਂ ਨੇ, ਕਿਉਂਕਿ ਜਿਹੜਾ ਜਨਰਲ ਵੈਦਿਆ ਸੀ ਉਹਨੇ ਇਹ ਵਿਚਾਰ ਕੀਤੇ ਕਿ ਡਰਦਾ ਸੀ ਮਨੋਂ ਮਨ, ਇੱਧਰੋਂ ਦਿੱਲੀ ਤੋਂ ਜਾ ਕੇ ਆਪਣੇ ਪੂਨੇ ਦੇ ਵਿੱਚ ਰਹਿਣ ਲੱਗਾ ਗੁਪਤ ਰੂਪ ਦੇ ਵਿੱਚ, ਫਿਰ ਵੀ ਉਹਦੇ ਨਾਲ ਫੋਰਸ ਸੀ ਕਾ, ਉੱਥੇ ਰਹਿਣ ਲੱਗਾ ਆਪਣੀ ਸਿਕਿਉਰਿਟੀ ਦੇ ਸਮੇਤ, ਆਪਣੇ ਪਰਿਵਾਰ ਦੇ ਸਮੇਤ। ਕਹਿੰਦੇ 1985 ਦੇ ਵਿੱਚ ਉਹ ਜਦੋਂ ਸਬਜ਼ੀ ਲੈਣ ਵਾਸਤੇ ਘਰੋਂ ਆਇਆ ਮੰਡੀ ਦੇ ਵਿੱਚ, ਗੱਡੀ ਦੇ ਵਿੱਚ ਅਮਰੂਦੀ ਦੇ ਵਿੱਚ, ਅਤੇ ਜਦੋਂ ਲੈਣ ਵਾਸਤੇ ਸਬਜ਼ੀ ਖਰੀਦਣ ਘਰ ਵਾਲੀ ਪੁੱਛਦਾ ਕੀ ਖਾਣਾ, ਅਤੇ ਉਹ ਘਰ ਵਾਲੀ ਕਹਿੰਦੀ ਗੋਭੀ ਤਾਂ ਕੱਲ੍ਹ ਖਾਧੀ ਸੀ ਆਪਾਂ, ਅੱਜ ਆਪਾਂ ਐਵੇਂ ਕਰਦੇ ਹਾਂ ਸਾਗ ਬਣਾਉਂਦੇ ਹਾਂ। ਹੁਣ ਇਹ ਜਾਣਦੇ ਨਹੀਂ ਸੀ ਕਿ ਸਾਗ ਅੱਜ ਇਹ ਯੋਧਿਆਂ ਨੇ ਦਾ ਬਣਾ ਜਾਣਾ ਆ ਕਰਕੇ। ਸਬਜ਼ੀ ਖਰੀਦ ਕਰਕੇ ਵਾਪਸੀ ਪਰਤ ਰਹੇ ਸੀ, ਪੈਟਰੋਲ ਪੰਪ 'ਤੇ ਇਹਨਾਂ ਨੇ ਘੇਰ ਕੇ ਉਹਨੂੰ ਗੋਲੀਆਂ ਜਿਹੜੀਆਂ ਉਹ ਲਗਾਤਾਰ ਇਹਦੇ ਸਰੀਰ ਦੇ 8-9 ਗੋਲੀਆਂ ਜਿਹੜੀਆਂ ਮਾਰੀਆਂ, ਅਤੇ ਉੱਥੇ ਥਾਂ ਹੀ ਇਹਦਾ ਖਤਮ ਕਰ ਦਿੱਤਾ, ਮਿਟਾ ਦਿੱਤਾ। ਦੋਨੀ ਯੋਧੇ ਮੋਟਰਸਾਈਕਲ ਸੁਜ਼ੂਕੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰੂ ਦੀ ਜਿਹੜੀ ਲਾਈ ਹੋਈ ਸੇਵਾ ਉਹ ਕਰਕੇ ਅਗਾਂਹ ਨੂੰ ਵੱਧ ਤੁਰੇ। ਸੋ ਮਹਾਰਾਜ ਨੇ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ। ਸੋ ਇਹ ਜਿਹੜੇ ਯੋਧੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ, ਉਹ ਇਹ ਉਦੋਂ ਜਦੋਂ ਫੜੇ ਗਏ 17 ਸਤੰਬਰ 1986 ਦੇ ਵਿੱਚ ਪੂਨੇ ਦੇ ਵਿੱਚ ਹੀ ਫੜੇ ਗਏ ਭਾਈ ਸੁਖਦੇਵ ਸਿੰਘ ਜੀ, ਉਹ ਲਗਭਗ ਕੁਝ ਮਹੀਨੇ ਬਾਅਦ ਫੜੇ ਗਏ, ਅਤੇ ਮਾਰਚ ਦੇ ਵਿੱਚ 1987 ਦੇ ਵਿੱਚ, ਅਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਨੂੰ ਜਿੰਦਾ ਉਹਨਾਂ ਨੂੰ ਦਿੱਲੀ ਦੇ ਵਿੱਚੋਂ ਫੜਿਆ, ਮਜਨੂੰ ਦੇ ਢਿੱਲੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਦੱਸਦੇ ਕਿ ਉਹਨਾਂ ਦੀ ਲੱਤਾਂ 'ਤੇ ਗੋਲੀਆਂ ਵੀ ਲੱਗੀਆਂ ਜਦੋਂ ਫੜੇ ਗਏ, ਅਤੇ ਇਸ ਤਰ੍ਹਾਂ ਦੋਨਾਂ ਯੋਧਿਆਂ ਨੂੰ ਫੜਿਆ ਗਿਆ, ਅਤੇ ਦੋਨੇ ਯੋਧੇ ਲਗਭਗ 1999 ਤੱਕ ਜੇਲ੍ਹ ਦੇ ਵਿੱਚ ਉਹ ਕੇਸ ਜਿਹੜਾ ਇਹਨਾਂ ਦਾ ਚੱਲਦਾ ਰਿਹਾ। 21 ਅਕਤੂਬਰ 1999 2:05 'ਤੇ ਇਹਨਾਂ ਨੂੰ ਜੱਜ ਨੇ ਸਜ਼ਾ ਸੁਣਾਈ ਸੀ, ਫਾਂਸੀ ਦੀ ਸਜ਼ਾ। ਅਤੇ ਇਹ ਦੱਸਦੇ ਆ ਜਦੋਂ ਉਹਨੇ ਧੜਕ ਯੋਧੇ ਦੋਨੇ ਜਕਾਰੇ ਬੁਲਾਉਂਦੇ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ, ਜਕਾਰਿਆਂ ਦੇ ਨਾਲ ਕਚਹਿਰੀ ਗੂੰਜਦੀ ਆ, ਖਾਲਿਸਤਾਨ ਜਿੰਦਾਬਾਦ, ਰਾਜ ਕਰੇਗਾ ਖਾਲਸਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਤੇ ਜਿਹੜੇ ਜਿੰਨੇ ਗਵਾਹ ਸੀ ਇਹਨਾਂ ਦੇ ਖਿਲਾਫ਼, ਉਹਨਾਂ 'ਚੋਂ ਕਿਸੇ ਨੇ ਗਵਾਹੀ ਨਾ ਦਿੱਤੀ, ਅਤੇ ਜੱਜ ਨੇ ਇਹ ਕਿਹਾ ਸੀ ਕਿ ਦੋਨੇ ਤੁਸੀਂ ਇੰਨਾ ਹੀ ਕਹਿ ਦਿਓ ਬਸ ਕਿ ਅਸੀਂ ਵੈਦਿਆਂ ਨੂੰ ਨਹੀਂ ਮਾਰਿਆ, ਇਹਨਾਂ ਮਾਰਿਆ ਇਹਨਾਂ ਨੇ ਵੈਦਿਆਂ ਨੂੰ ਸੀ ਵੀ ਇਹ ਇੰਨਾ। ਦੇਖੋ ਅੱਜ ਅਸੀਂ ਝੂਠ ਬੋਲਣ ਤੋਂ ਇੱਥੋਂ ਵਿਚਾਰੀਏ ਕਿ ਜਦੋਂ ਅਸੀਂ ਝੂਠ ਬੋਲਦੇ ਉਦੋਂ ਬਹੁਤੀ ਜ਼ਿਆਦਾ ਵੱਡੀ ਗੱਲ ਨਹੀਂ ਮੰਨਦੇ, ਪਰ ਇਹ ਯੋਧਿਆਂ ਨੇ ਇੱਕ ਪਾਸੇ ਮੌਤ ਹੈ
ਇੱਕ ਪਾਸੇ ਝੂਠ ਬੋਲ ਕੇ ਜ਼ਿੰਦਗੀ ਆ, ਝੂਠ ਬੋਲਣਾ ਕਬੂਲ ਨਹੀਂ, ਮੌਤ ਨੂੰ ਕਬੂਲ ਕਰ ਲਿਆ ਇਹ ਸੱਚ। ਉਹ ਕਹਿਣ ਲੱਗੇ ਨਹੀਂ, ਅਸੀਂ ਉਸ ਨੂੰ ਸੋਧਾ ਲਾਇਆ ਅਤੇ ਅਸੀਂ ਮੰਨਦੇ ਹਾਂ ਅਤੇ ਮੰਨਦੇ ਰਹਾਂਗੇ ਕਿ ਆਪਣੀ ਜ਼ਿੰਦਗੀ ਪਿੱਛੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਇਹ ਸੱਚ। ਹੋਣ ਵਾਲੇ ਸਮੇਂ 'ਤੇ ਗੁਰਸਿੱਖਾਂ ਨੂੰ ਇਸ ਗੱਲ ਦੀ ਸੇਧ ਮਿਲੇਗੀ, ਜਿਹੜੇ ਜਿਹੜੇ ਗੁਰਸਿੱਖੀ ਦੇ ਖਿਲਾਫ਼, ਗਰੀਬ ਮਜ਼ਲੂਮ ਦੇ ਖਿਲਾਫ਼ ਜਿਹੜੇ ਹੱਥ ਜਿਹੜੇ ਸਰੀਰ ਉੱਠਦੇ ਆ, ਉਹਨਾਂ ਦਾ ਸੋਧਾ ਅਸੀਂ ਲਾਉਣਾ। ਹੋਣ ਵਾਲੇ ਸਮੇਂ ਦੇ ਉੱਤੇ ਵੀ ਸੇਧ ਮਿਲੇ। ਇਸ ਪ੍ਰਕਾਰ ਇਹ ਦੱਸ ਰਿਹਾ ਕਿ ਉਹ ਜੱਜ ਦੀਆਂ ਅੱਖਾਂ 'ਚੋਂ ਵੀ ਹੰਝੂ ਆ ਗਏ ਸੀ ਅਤੇ ਉਹਨੇ ਆਪਣੀ ਕਲਮ ਵੀ ਤੋੜ ਦਿੱਤੀ ਜਿਹਦੇ ਨਾਲ ਲਿਖ ਰਿਹਾ ਸੀ। ਉਹ ਦੇਖਦਿਆਂ ਫਾਂਸੀ ਸਜ਼ਾ ਸੁਣਾ ਕੇ ਨਾਲ ਉਹਨੇ ਇਹ ਵੀ ਦੱਸਿਆ ਸੀ ਕਿ ਮੈਨੂੰ ਮੁੜ ਕੇ ਨੀਂਦ ਨਹੀਂ ਸੀ ਆਈ ਸਾਰੀ ਰਾਤ ਸਜ਼ਾ ਸੁਣਾਉਣ ਤੋਂ ਬਾਅਦ। ਅਤੇ ਹਰਜਿੰਦਰ ਸਿੰਘ ਜਿੰਦੇ ਦੀ ਫੋਟੋ ਜਿਹੜੀ ਆ ਉਸ ਜੱਜ ਨੇ ਆਪਣੇ ਘਰ ਦੇ ਵਿੱਚ ਮੰਗਾ ਕਰਕੇ ਲਾਈ ਕਿ ਇਹੋ ਜਿਹਾ ਯੋਧੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਔਨ ਡਿਊਟੀ ਦੇ ਵਿੱਚ ਕਦੀ ਨਹੀਂ ਦੇਖੇ ਜਿਹੜੇ ਹਰਜਿੰਦਰ ਸਿੰਘ ਜਿੰਦਾ ਇਸ ਭਾਈ ਸੁਖਦੇਵ ਸਿੰਘ ਸੁੱਖਾ ਦੇ ਵਿੱਚ ਜਿਹੜਾ ਜੁਝਾਰੂ ਪੁਣਾ ਦੇਖਿਆ, ਇਹਨਾਂ ਸ਼ਹੀਦੀ ਦੇ ਨਾਲ ਇਹਨਾਂ ਗੁਰੂ ਦੇ ਨਾਲ ਪਿਆਰ ਸ਼ਾਇਦ ਹੀ ਕਿਸੇ ਦਾ ਹੋਵੇ। ਕਿ ਸਾਨੂੰ ਇਤਿਹਾਸ, ਸਾਨੂੰ ਭਾਈ ਆਨੰਦ ਲਾਲ ਵਰਗੇ ਯੋਧਿਆਂ ਨੇ ਇਹ ਚੀਜ਼ਾਂ ਸਿਖਾਈਆਂ ਹੋਈਆਂ। ਇੱਕ ਵਾਰ ਦੀ ਗੱਲ ਹੈ, ਭਾਈ ਆਨੰਦ ਲਾਲ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਇਕੱਠੇ ਹਜ਼ੂਰੀਏ ਸਿੱਖ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਾਈ ਆਨੰਦ ਲਾਲ ਜੀ ਨੂੰ ਕਿ ਭਾਈ ਆਨੰਦ ਲਾਲ ਸਿੰਘ ਜੀ ਤੁਸੀਂ ਮੇਰੇ ਬਰਾਬਰ ਆ ਕਰਕੇ ਬੈਠੋ, ਕਿਉਂਕਿ ਤੁਹਾਡੇ 'ਚ ਸਾਡੇ 'ਚ ਕੋਈ ਅੰਤਰ ਕੋਈ ਫਰਕ ਨਹੀਂ ਰਿਹਾ। ਅਤੇ ਧੰਨ ਭਾਈ ਆਨੰਦ ਲਾਲ ਜੀ ਨੇ ਕਿਹਾ ਨਹੀਂ ਮਹਾਰਾਜ, ਠੀਕ ਹੈ ਤੁਹਾਡਾ, ਤੁਸੀਂ ਇਹ ਮੈਨੂੰ ਬਖਸ਼ਿਸ਼ ਕਰਕੇ ਵਚਨ ਕੀਤਾ ਬਿਲਕੁਲ, ਪਰ ਤੁਸੀਂ ਤੁਸੀਂ ਆ ਅਤੇ ਜੋ ਮੈਂ ਉਹ ਮੈਂ, ਪਰ ਜੇ ਕਹੀਏ ਮੈਂ ਤੁਹਾਡੇ ਬਰਾਬਰੀ 'ਤੇ ਨਹੀਂ। ਅਤੇ ਮਹਾਰਾਜ ਕਹਿਣ ਲੱਗੇ ਫਰਕ ਹੀ ਆਨੰਦ ਲਾਲ ਨੇ ਆਪਣੇ ਇੱਕੋ ਹੀ, ਹੁਣ ਤਾਂ ਇੱਕ ਜੋਤ ਹੋ ਗਈ, ਤੇਰੀ ਬੰਦਗੀ ਤੇਰਾ ਜਪ ਤਾਂ ਪੈਂਦਾ। ਅਤੇ ਮਹਾਰਾਜ ਨੂੰ ਵਚਨ ਕਹੇ ਸੀ ਭਾਈ ਆਨੰਦ ਲਾਲ ਸਿੰਘ ਨੇ, ਮਹਾਰਾਜ ਤੁਸੀਂ ਚਾਹੋ ਅਤੇ ਇੱਕ ਆਪਣੀ ਨਜ਼ਰ ਕਰੋ, ਇੱਕ ਦ੍ਰਿਸ਼ਟੀ ਕਰੋ, ਕਰੋੜਾਂ ਆਨੰਦ ਲਾਲ ਸਿੰਘ ਪੈਦਾ ਕਰ ਦਿਓ, ਪਰ ਕਰੋੜਾਂ ਆਨੰਦ ਲਾਲ ਸਿੰਘ ਚਾਹ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਪੈਦਾ ਕਰ ਸਕਦੇ। ਇਹਨਾਂ ਗੁਰੂ ਬਾਣੀ ਦੇ ਨਾਲ, ਗੁਰੂ ਦੇ ਨਾਲ ਪ੍ਰੇਮ ਆ ਗੁਰਸਿੱਖਾਂ ਦਾ, ਉਹਨਾਂ ਨੇ ਵਾਜਿਆ ਸੀ, ਪੜ੍ਹਿਆ ਸੀ ਕਿ ਇਹਨਾਂ ਗੁਰਸਿੱਖਾਂ ਨੇ ਪ੍ਰੇਮ ਕੀਤਾ ਤਾਂ ਉਹਨਾਂ ਦਾ ਇੰਨਾ ਪ੍ਰੇਮ ਸੀ। ਜੱਜ ਵੀ ਕਹਿੰਦਾ ਸੀ, ਜੱਜ ਦਾ ਵੀ ਰੋਣਾ ਜਿਹੜਾ ਨਿਕਲ ਗਿਆ, ਜੱਜ ਵੀ ਕਹਿੰਦਾ ਸੀ ਕਿ ਮੈਨੂੰ ਸਾਰੀ ਰਾਤ ਸਜ਼ਾ ਸੁਣਾਉਣ ਤੋਂ ਬਾਅਦ ਨੀਂਦ ਨਹੀਂ ਸੀ ਆਈ। ਇਹਨਾਂ ਅਤੇ ਨਾਲ ਇਹ ਹਰਜਿੰਦਰ ਸਿੰਘ ਜਿੰਦੇ ਨੇ ਜੇਲ੍ਹ ਦੇ ਵਿੱਚੋਂ ਵਧਾਈ ਦਿੰਦਿਆਂ ਹੋਇਆਂ ਜੱਜ ਨੂੰ ਇੱਕ ਡੱਬਾ ਮਠਿਆਈ ਦਾ, ਬਰਫੀ ਦਾ ਡੱਬਾ ਹੀ ਭੇਜਿਆ ਸੀ ਕਿ ਤੂੰ ਸਾਡੀ ਗੁਰੂ ਦੇ ਨਾਲ ਪ੍ਰੀਤੀ ਬਣਾਈ ਆ, ਸਾਨੂੰ ਲਾੜੀ ਮੌਤ ਵਿਆਹੁਣ ਦਾ ਇੱਕ ਵਿੱਚ ਵਿਚੋਲਾ ਬਣਿਆ, ਅਤੇ ਇਸ ਕਰਕੇ ਤੈਨੂੰ ਮੁਬਾਰਕਾਂ ਹੋਣ, ਇਸੀ ਲਾੜੀ ਮੌਤ ਨੂੰ ਵਿਆਹੁਣਾ, ਸਾਡੀ ਲਾੜੀ ਮੌਤ ਦੇ ਨਾਲ ਤੂੰ ਰਿਸ਼ਤਾ ਜਿਹੜਾ ਪੱਕਾ ਕਰ ਦਿੱਤਾ ਕਲਮ ਚਲਾ ਕਰਕੇ। ਇਸ ਤਰ੍ਹਾਂ ਭਾਈ ਸੁੱਖਾ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਮਠਿਆਈ ਕਹਿੰਦੇ ਬਰਫੀ ਵੀ ਅੰਦਰੋਂ ਭੇਜੀ। ਇਹ ਉਹਨਾਂ ਗੁਰਸਿੱਖਾਂ ਦੇ ਯੋਧਿਆਂ ਦਾ ਅਸਲ ਦੇ ਵਿੱਚ ਉਹਨਾਂ ਦੀ ਇਹ ਜਾਣੋ ਕਿ ਜਿਨ੍ਹਾਂ ਦਾ ਪੂਰਾ ਸਤਿਗੁਰੂ ਹੈ ਸੱਚ, ਕਹਿੰਦੇ ਜਿਹੜਾ ਅਕਾਲ ਪੁਰਖ ਜਿਸਦਾ ਸਾਹਿਬ ਡਾਢਾ ਹੋਏ ਤਾਂ ਇਸ ਨੂੰ ਮਾਰ ਨਾ ਸਕਿਆ, ਕੋਈ ਸਰੀਰ ਦੀ ਮੌਤ ਮੌਤ ਨਹੀਂ। ਅਸਲ ਦੇ ਵਿੱਚ ਬਾਬਾ ਜਰਨੈਲ ਸਿੰਘ ਹਮੇਸ਼ਾ ਇਹ ਵਚਨ ਕਹਿੰਦੇ ਹੁੰਦੇ, ਸਰੀਰ ਦਾ ਮਰ ਜਾਣਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਅਸਲ ਮੌਤ ਹੈ। ਇਹ ਗੁਰੂ ਜਿਹੜੇ ਜ਼ਮੀਰ ਜਿਨ੍ਹਾਂ ਦੇ ਮਰ ਗਏ, ਅਸਲ ਦੇ ਵਿੱਚ ਉਹ ਮਰੇ ਹੋਏ ਜਾਣ, ਜਿਨ੍ਹਾਂ ਜਿਹੜੇ ਸੁੱਤੇ ਜਿਹੜੇ ਵਹਿੇ ਜਾਣੀਏ ਕਿ ਮੌਤ ਜਿਹੜੇ ਸਰੀਰ ਕਰਕੇ ਖਤਮ ਹੋ ਜਾਣ, ਉਹਨਾਂ ਨੂੰ ਮੈਂ ਮੌਤ ਨੂੰ ਮੌਤ ਉਸ ਮੌਤ ਨੂੰ ਮੈਂ ਮੌਤ ਨਹੀਂ ਕਹਿੰਦਾ। ਤਾਂ ਸਮਾਂ ਆਇਆ ਇਹਨਾਂ ਯੋਧਿਆਂ ਦੀ ਫਾਂਸੀ ਦਾ, ਇਤਿਹਾਸ ਇਹਨਾਂ ਦਾ ਜੀਵਨ ਬੜਾ ਲੰਮੇਰਾ ਪਰ ਆਪਣੇ ਕੋਲ ਸਮਾਂ ਸੀਮਤ ਹੈ। ਸੋ ਜਦੋਂ ਇਹਨਾਂ ਦਾ ਸਮਾਂ ਆਇਆ, ਇਹਨਾਂ ਦੀ ਅਸਲ ਦੇ ਵਿੱਚ ਫਾਂਸੀ ਦਾ ਸਜ਼ਾ ਸਮਾਂ ਆਇਆ, ਉਦੋਂ ਇਹ ਯੋਧੇ ਤਿਆਰ ਬਰਤਿਆਰੇ ਨਾਲ, ਮੈਂ ਦੱਸਦਿਆਂ ਕਿ ਜਿਹੜੇ ਇਹਨਾਂ ਯੋਧਿਆਂ ਨੇ ਚੋਲੇ ਤੁਸੀਂ ਫੋਟੋ ਦੇ ਉੱਤੇ ਪਾਏ ਹੋਏ ਦੇਖਦੇ ਹਾਂ, ਇਹਨਾਂ ਦੇ ਚਿੱਟੇ ਚੋਲੇ, ਕੇਸਰੀ ਦਸਤਾਰਾਂ ਹਜ਼ੂਰੀਏ, ਅਤੇ ਉਹ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਪੂਰਨ ਬਸਤਰ ਜਿਹੜੇ ਇਹਨਾਂ ਦੇ ਮਹਿਤੇ ਚੌਂਕ ਤੋਂ ਭੇਜੇ ਸੀ, ਦੋਨਾਂ ਯੋਧਿਆਂ ਦੇ ਜਿਹੜੇ ਬਸਤਰ 1992 ਦੇ ਵਿੱਚ। ਅਤੇ ਇਹਨਾਂ ਯੋਧਿਆਂ ਜਦੋਂ ਇਹਨਾਂ ਦੀ ਫਾਂਸੀ ਦਾ ਸਮਾਂ ਆਉਂਦਾ ਹੈ, ਸਵੇਰੇ 4 ਵਜੇ ਅੰਮ੍ਰਿਤ ਵੇਲੇ ਇਹਨਾਂ ਦੀ ਫਾਂਸੀ ਹੁੰਦੀ ਹੈ, 4 ਵਜੇ ਤੋਂ ਪਹਿਲਾਂ ਇਹਨਾਂ ਨੂੰ ਬੁਲਾਇਆ ਜਾਂਦਾ ਹੈ। ਅਤੇ ਦੋਨੇ ਯੋਧੇ ਜਦੋਂ ਫਾਂਸੀ, ਦੇਖੋ ਇੰਨਾ ਡਰ ਸੀ ਉਸ ਸਰਕਾਰ ਨੂੰ, ਜਦੋਂ ਤੜਕੇ ਸੁਖਦੇਵ ਸਿੰਘ ਸੁੱਖਾ, ਹਰਜਿੰਦਰ ਸਿੰਘ ਜਿੰਦਾ ਦੋਨਾਂ ਨੂੰ ਪੁਣੇ ਜੇਲ੍ਹ ਦੇ ਵਿੱਚ ਮੌਤ ਲਈ ਭਾਵ ਫਾਂਸੀ ਲਈ ਲੈ ਕਰਕੇ ਜਾ ਰਹੇ ਨੇ, ਉਹ ਇਹਨਾਂ ਨੂੰ ਜੋ ਇਹਨਾਂ ਦੇ ਅੱਗੇ ਜਿਹੜਾ ਇਹਨਾਂ ਦੇ ਅੱਗੇ ਫੋਰਸ ਹੈ ਜਿਹੜੀ, ਉਹ 4 ਡਿਪਟੀ ਪੁਲਿਸ ਕਮਿਸ਼ਨਰ ਸਨ ਅਤੇ 10 ਸਹਾਇਕ ਪੁਲਿਸ ਵਾਲੇ ਸੀ,
ਤੇ ਉਹਨਾਂ ਵਿੱਚ 4 ਇੰਸਪੈਕਟਰ ਸਨ ਤੇ 145 ਸਬ ਇੰਸਪੈਕਟਰ ਸਨ ਤੇ ਉਹਨਾਂ ਵਿੱਚੋਂ 1275 ਅਧਿਕਾਰੀ ਨਿਯੁਕਤ ਕੀਤੇ ਹੋਏ ਸੀ। ਇੰਨਾ ਡਰ ਸੀ ਉਹਨਾਂ ਦੀ ਕਿ ਜਦੋਂ ਇਹਨਾਂ ਦੋਨਾਂ ਯੋਧਿਆਂ ਨੂੰ ਫਾਂਸੀ ਉੱਤੇ ਲਟਕਾਇਆ ਗਿਆ ਤੇ ਉਹ ਫਾਂਸੀ ਦੇ ਉੱਤੇ ਚੜ੍ਹਨ ਤੋਂ ਪਹਿਲਾਂ ਦੋਨਾਂ ਯੋਧਿਆਂ ਨੇ ਜਿਹੜਾ ਜਲਾਦ ਸੀ ਉਹਨੂੰ ਘੁੱਟ ਕੇ ਜੱਫੀ ਪਾਈ। ਉਹ ਕਹਿਣ ਲੱਗੇ ਤੂੰ ਵੀ ਸਾਡੀ ਗੁਰੂ, ਅਸੀਂ ਗੁਰੂ ਦੀ ਗੋਦ 'ਚ ਜਾ ਕੇ ਬਿਰਾਜਣਾ, ਤੂੰ ਵੀ ਸਹਾਇਤਾ ਕਰ ਰਹੇ ਹਾਂ, ਤੇਰਾ ਧੰਨਵਾਦ। ਜਲਾਦ ਵੀ ਰੋ ਪਿਆ ਸੀ ਉਸ ਸਮੇਂ ਦੇ ਵਿੱਚ ਕਿ ਇਹ ਥਾਨ ਹੈ ਇਹਨਾਂ ਦੀ। ਅਬਦੁਲ ਸ਼ਹਿਦ ਉਹਦਾ ਨਾਮ ਸੀ ਜਲਾਦ, ਉਹ ਵੀ ਅਸਲ ਦੇ ਵਿੱਚ ਦੁਖੀ ਹਿਰਦੇ ਦੇ ਨਾਲ ਇਹੋ ਜਿਹੇ ਜਾਲੂ ਨਹੀਂ ਦੇ ਕੇ। ਅਤੇ ਜਲਾਦ ਨੂੰ ਬਾਅਦ 'ਚੋਂ ਪੁੱਛਿਆ ਵੀ ਸੀ ਹੋਰ ਲੋਕਾਂ ਨੇ ਸਰਕਾਰੀ ਮਾਂ ਕਿ ਹਰਜਿੰਦਰ ਸਿੰਘ ਜਿੰਦਾ ਫਾਂਸੀ ਵੇਲੇ ਕਿਵੇਂ ਸੀ, ਜਿੱਦਾਂ ਉਹ ਲੋਕ ਆਮ ਹੁੰਦੇ ਉਦੀ ਸੀ ਜਾਂ ਫਿਰ ਨਹੀਂ। ਉਹ ਜਲਾਦ ਦੱਸਦਾ ਕਹਿੰਦਾ ਬਹੁਤ ਗਿਣਤੀ ਵੇ ਤਾਂ ਫਾਂਸੀ ਦੇ ਤੱਤੇ ਦੇ ਚੜ੍ਹਨ ਲੱਗੀਆਂ ਪੌੜੀਆਂ 'ਚ ਕਈ ਸ਼ਹੀਦ ਭਾਵ ਕਈ ਮਰ ਜਾਂਦੇ, ਕਈ ਬੇਹੋਸ਼ ਹੋ ਕੇ ਡਿੱਗ ਜਾਂਦੇ, ਕਈਆਂ ਨੂੰ ਵੈਸੇ ਹੀ ਅਟੈਕ ਆ ਜਾਂਦਾ, ਕਈ ਉੱਚੀ ਉੱਚੀਕਾਂ ਮਾਰਦੇ ਆ, ਲੱਤਾਂ ਹੱਥ ਪੈਰ ਮਾਰਦੇ ਆ। ਪਰ ਇਹਨਾਂ ਦੇ ਕਹਿੰਦੇ ਜਦੋਂ ਫਾਂਸੀ ਦੇ ਤਖ਼ਤੇ ਜਾਣਾ ਸੀ, ਚਿਰਲਾ ਚਿਰਲਾਦ ਕਰ ਰਹੇ, ਮੱਥਾ ਜਗ ਜਗ ਕਰ ਰਿਹਾ ਸੀ, ਉੱਚੀ ਉੱਚੀ ਜਕਾਰਿਆਂ 'ਤੇ ਜਕਾਰੇ ਬੁਲਾ ਰਿਹਾ ਸੀ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਕਰ ਰਿਹਾ ਸੀ, ਧੰਨ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ, ਉਹ ਗੁਰੂ ਦੇ ਪਿਆਰੇ ਯੋਧੇ। ਇਹਨਾਂ ਨੇ ਤਾਂ ਆਪਣੇ ਘਰ ਵਾਲਿਆਂ ਨੂੰ ਵਿੱਚ ਤਾਂ ਕਿਹਾ ਸੀ ਕਿ ਤੁਸੀਂ ਧੰਨ ਹੋ, ਤੁਸੀਂ ਤਿੰਨ ਕਹਿੰਦੇ ਉਦੋਂ ਇਹਨਾਂ ਨੂੰ ਜੇਲ੍ਹ ਦੇ ਅੰਦਰ ਇਹ ਬੀਬੀਆਂ ਮਿਲਣ ਆਈਆਂ ਸੀ, ਨੌ ਮੁਟਿਆਰ ਬੱਚੀਆਂ ਮਿਲਣ ਵਾਸਤੇ, ਅਤੇ ਉਹ ਉਦੋਂ ਇਹ ਕਿਹਾ ਸੀ ਕਿ ਭੈਣਾਂ ਸਾਨੂੰ ਅਸਲ ਦੇ ਵਿੱਚ ਵਿਦਾਇਗੀ ਦੇਣ ਵਾਸਤੇ ਆਈਆਂ ਇੱਥੇ, ਅਤੇ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਉਹਨਾਂ ਨੇ ਆਪਣੇ ਪਰਿਵਾਰ ਵੱਲੋਂ 2500 ਰੁਪਇਆ ਉਹਨਾਂ ਭੈਣਾਂ ਨੂੰ ਦਿੱਤਾ ਸੀ ਕਿ ਇਹਨਾਂ ਨੂੰ ਇਹ ਸ਼ਗਨ ਦੇਣਾ, ਕਿ ਸਾਨੂੰ ਤੋਰਨ ਵਾਸਤੇ ਆਈਆਂ, ਲਾੜੀ ਮੌਤ ਨੂੰ ਵਿਆਹਣ ਵਾਸਤੇ ਸੀ ਜਾਣਾ, ਇਹ ਤੋਰਨ ਵਾਸਤੇ ਆਈਆਂ ਸਨ। ਇਹ ਸੀ ਉਹਨਾਂ ਦਾ ਜੀਵਨ, ਇਹ ਗੁਰੂ ਦੇ ਸਿੱਖਾਂ ਦਾ। ਉਹਨਾਂ ਨੂੰ ਲਗਭਗ ਜਦੋਂ ਫਾਂਸੀ ਦੇ ਤਖ਼ਤੇ ਦੇ ਉੱਤੇ ਲਟਕਾਇਆ, ਅੱਧਾ ਘੰਟਾ ਲਗਭਗ ਉਹਨਾਂ ਦਾ ਸਰੀਰ ਜਿਹੜਾ ਲੰਘਦਾ ਰਿਹਾ। ਡਰ ਸੀ ਸਰਕਾਰਾਂ ਨੂੰ, ਇੰਨਾ ਭੈ ਸੀ ਉਹਨਾਂ ਸ਼ੇਰਾਂ ਦਾ, ਯੋਧਿਆਂ ਦਾ, ਤਾਂ 5 ਮਿੰਟ ਦੇ ਵਿੱਚ ਹੀ ਸਰੀਰ ਨੂੰ ਲਾਹ ਲਿਆ ਜਾਂਦਾ। ਇਹ ਯੋਧਿਆਂ ਦੀ ਸ਼ਹਾਦਤ ਸੀ, ਧੰਨ ਉਹਨਾਂ ਦੀ ਕਰਨੀ ਕਮਾਈ, ਧੰਨ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਨੇ ਇਹੋ ਜਿਹੇ ਯੋਧੇ ਜੰਮੇ, ਜਿਹੜੇ ਸੂਰਮੇ ਹੋ ਕਰਕੇ ਸੰਸਾਰ ਨੂੰ ਬੜੀ ਵੱਡੀ ਸੇਧ ਦੇ ਕਰਕੇ ਗਏ ਨੇ। ਜੇ ਮਰਨਾ ਹੈ ਤਾਂ ਗੁਰੂ ਲਈ ਮਰਨਾ, ਅਤੇ ਜੀਣਾ ਤਾਂ ਗੁਰੂ ਲਈ ਜੀਣਾ, ਮਨ ਵੀ ਗੁਰੂ ਦਾ, ਤਨ ਵੀ ਗੁਰੂ ਦਾ। ਤੁਹਾਨੂੰ ਉਹਨਾਂ ਨੂੰ ਵਾਰ ਵਾਰ ਉਹਨਾਂ ਨੂੰ ਪ੍ਰਣਾਮ ਹੈ, ਯੋਧਿਆਂ ਨੂੰ ਗੁਰੂ ਬਖਸ਼ਿਸ਼ ਕਰੇ।